ਹੈਲੋ ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਅਸੀਂ ਉੱਠ ਚੁੱਕੇ ਹਾਂ ਅਤੇ ਥੋੜ੍ਹਾ ਬਹੁਤ ਰੈਡੀ ਵੀ ਹੋ ਗਏ ਹਾਂ, ਅਤੇ ਹੁਣ ਅਸੀਂ ਦੇਖਦੇ ਹਾਂ ਖਾਣੇ 'ਚ ਕੀ ਬਣਾ ਸਕਦੇ ਹਾਂ। ਐਕਚੁਅਲੀ ਬਣਾਉਣਾ ਤਾਂ ਕਿਉਂ ਹੈ, ਦੇਖਦੇ ਹਾਂ ਕੀ ਪਿਆ ਹੈ ਜੋ ਅਸੀਂ ਖਾ ਸਕਦੇ ਹਾਂ। ਹਾਂਜੀ, ਅਤੇ ਸਾਨੂੰ ਮਿਲ ਗਏ ਕੱਲ੍ਹ ਦੇ ਆਲੂ ਮਟਰ ਸੁੱਕੀ ਸਬਜ਼ੀ, ਅਤੇ ਨਾਲ ਸਾਨੂੰ ਫਰਿੱਜ 'ਚ ਲੱਭੀ ਆ ਬ੍ਰੈਡ, ਅਤੇ ਅਸੀਂ ਨਾਲ ਬ੍ਰੈਡ ਕਰ ਲੈਣੀ ਹੈ ਗਰਮ, ਅਤੇ ਨਾਲ ਬਣਾ ਲੈਣੀ ਹੈ ਹੌਟ ਚੋਕਲੇਟ ਵਿਦ ਪੈਪਰਮਿੰਟ ਟੀ ਬੈਗ, ਅਤੇ ਉਹਨੂੰ ਖਾਣਾ ਸਵਾਦ ਨਾਲ। ਪੇਟਰੀ ਅਟੈਕਟ ਵੇਖੀਏ ਜਾਂ ਰਸ਼ ਆਰ ਕੰਟੀਨਿਊ ਕਰੀਏ, ਕਾਫੀ ਮੂਵੀਜ਼ ਮੈਂ ਇੱਦਾਂ ਹੀ ਦੇਖ ਕੇ ਅੱਧੀਆਂ ਛੱਡ ਦਿੰਦਾ ਵਿੱਚ ਹੀ, ਅਤੇ ਮੈਨੂੰ ਲੱਗਦਾ ਮੈਂ ਰਸ਼ ਆਰ 3 ਦੇਖ ਲੈਣਾ, ਥੋੜ੍ਹੀ ਜਿਹੀ ਕੌਮੇਡੀ ਵੀ ਆ ਅਤੇ ਸਵੇਰੇ ਸਵੇਰੇ ਟਾਈਮ ਪਾਸ ਵੀ ਹੋ ਜੂਗਾ। ਚਲੋ ਆਈ ਲਾਉਂਦੇ ਹਾਂ, ਕੱਲ੍ਹ ਹੋ ਗਈ ਸ਼ੁਰੂ ਅਤੇ ਆਪਾਂ ਲੱਗੇ ਹਾਂ ਖਾਣ ਅਤੇ ਮੌਜਾਂ ਕਰਨ। ਆਪਾਂ ਇੱਥੇ ਆਏ ਸੀ ਕੈਲ ਟਾਇਰ, ਅਤੇ ਸਾਡੇ ਟਾਇਰਾਂ ਦੀ ਹਵਾ ਆਪੇ ਨਿਕਲੀ ਜਾ ਰਹੀ ਹੈ, ਪਤਾ ਨਹੀਂ ਕਿਉਂ, ਅਤੇ ਇਹਨਾਂ ਨੂੰ ਅਸੀਂ ਗੱਡੀ ਦੇਤੀ ਹੈ, ਖੜਾਤੀ ਹੈ, ਅਤੇ ਆਪੇ ਦੇਖਣਗੇ, ਅਤੇ ਅਸੀਂ ਹੁਣ ਪਤਾ ਨਹੀਂ ਕਿੱਥੇ ਜਾਣਾ ਆ, ਬਸ ਕੈਮਰਾ ਲੈ ਕੇ ਨਿਕਲ ਗਏ ਹਾਂ, ਦੇਖਦੇ ਹਾਂ। ਠੰਡ ਬਾਹਲੀ ਹੋ ਗਈ ਅੱਜ, ਅਤੇ ਪਿਆਸ ਮੈਂ ਜ਼ਿਆਦਾ ਠੰਡ ਲੱਗ ਰਹੀ ਹੈ, ਪਿਆਸ ਮੈਂ ਬਹੁਤ ਹੀ ਠੰਡ, ਅੱਜ ਸਨੋਅ ਵੀ ਗਿਰ ਚੁੱਕੀ ਹੈ, ਸਾਨੂੰ ਦਰਸ਼ਨ ਦੇ ਚੁੱਕੀ ਹੈ, ਅਤੇ ਬਹੁਤ ਹੀ ਠੰਡ, ਯਾਸਮੀਨ ਤਾਂ ਅੰਦਰ ਹੀ ਵੜ ਗਈ ਹੈ, ਯਾਸਮੀਨ ਕਹਿੰਦੀ ਮੈਂ ਤਾਂ ਨਿਕਲ ਨਹੀਂ ਬਾਹਰ, ਮੈਂ ਚਾਰ ਪੰਜ ਮਹੀਨੇ ਤੁਹਾਨੂੰ ਨਹੀਂ ਦਿਖਾਉਂਦੀ, ਅੰਡਰਗਰਾਊਂਡ ਹਾਈਬਰਨੇਸ਼ਨ ਚੱਲੀ ਆ। ਬਾਕੀ ਆਪਾਂ ਹੁਣ ਕੈਲ ਟਾਇਰ ਤੋਂ ਨਿਕਲ ਕੇ ਜਾ ਰਹੇ ਹਾਂ ਵਾਲਮਾਰਟ ਬੰਨੀ, ਕਿਉਂਕਿ ਸਾਡੀ ਗੱਡੀ 2 ਘੰਟੇ ਉਹਨਾਂ ਨੇ ਰੱਖਣੀ ਆ, ਅਤੇ ਹੁਣ ਅਸੀਂ ਕਰਨਾ ਟਾਈਮ ਪਾਸ, ਅਤੇ ਉਹ ਹੁਣ ਫਿਰ ਵਾਲਮਾਰਟ ਹੀ ਹੋ ਸਕਦਾ ਜਾ ਕੇ। ਵਾਲਮਾਰਟ ਦੂਰ ਦਿਖ ਰਿਹਾ ਹੈ, ਆ ਹੈ ਸਲੀਪ ਕੰਟਰੀ, ਇੱਥੇ ਮਿਲਦੀ ਆ ਮੈਟ੍ਰੈਸਿਸ, ਅਤੇ ਅਸੀਂ ਫਾਈਨਲੀ ਪਹੁੰਚ ਗਏ ਵਾਲਮਾਰਟ, ਨਹੀਂ ਮਤਲਬ ਦੂਰ ਹੈ ਹਲੇ। ਖੁਦ ਦੀ ਗੱਡੀ ਦਾ ਹੌਰਨ ਸੁਣਿਆ ਨਹੀਂ ਗਾ, ਮਤਲਬ ਬਹੁਤ ਹੀ ਮਿਨੀਮਮ ਯੂਜ ਕੀਤਾ, ਮੈਂ ਤਾਂ ਇੱਕ ਵਾਰ ਜਾਣ ਕੇ ਦਵਾਈ ਸੀ ਸੁਣਨ ਵਾਸਤੇ ਕਿ ਹੈ ਕਿਹੋ ਜਿਹਾ, ਪਤਾ ਨਾ ਚੱਲੇ। ਬਾਕੀ ਉੱਧਰ ਮਾਈਕਲਸ ਆ, ਉੱਧਰ ਦੂਰ ਜਾ ਕੇ ਵੋਕਬੋਕਸ ਆ, ਵੋਕਬੋਕਸ ਖਾਣਾ ਕੁਛ, ਚਲੋ ਜੀ, ਠੰਡ ਨਾਲ ਨੱਕ ਸੁਣੋ ਸੁਣੋ ਨੱਕ ਸੁਣੋ ਸੁਣੋ।